ਪੰਜਾਬ ਵਿੱਚ ਅੱਜ ਮੀਂਹ, ਧੁੰਦ ਤੋਂ ਮਿਲੀ ਰਾਹਤ। ਅੱਜ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਹਲਕੇ ਤੋਂ ਦਰਮਿਆਨੇ ਪੱਧਰ ਦਾ ਮੀਂਹ ਪੈ ਰਿਹਾ ਹੈ। ਸੁੱਕੀ ਠੰਡ ਤੇ ਸੰਘਣੀ ਧੁੰਦ ਤੋਂ ਪਰੇਸ਼ਾਨ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ। ਇਸ ਦੌਰਾਨ ਜਲੰਧਰ ਵਿੱਚ 10 ਡਿਗਰੀ ਦੇ ਕਰੀਬ ਤਾਪਮਾਨ ਦਰਜ ਕੀਤਾ ਗਿਆ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਇਹ ਹਲਕੀ ਬਾਰਿਸ਼ ਲੋਕਾਂ ਲਈ ਕੁਝ ਰਾਹਤ ਜ਼ਰੂਰ ਲੈ ਕੇ ਆਈ ਹੈ। ਜਲੰਧਰ ਤੋਂ ਅਜੀਤ ਵੈੱਬ ਟੀਵੀ ਲਈ ਚਿਰਾਗ ਸ਼ਰਮਾ ਦੀ ਰਿਪੋਰਟ।